ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਣਾਵਾਂਗੇ ਗਾਜਰਾਂ ਦੀ ਬਰਫੀ। 8 ਗਾਜਰਾਂ ਲਈਆਂ ਆਪਾਂ, ਕੱਪ ਸੁੱਕੇ ਦੁੱਧ ਦਾ ਲਿਆ ਆਪਾਂ, ਕੱਪ ਸ਼ੂਗਰ ਦੀ ਲਈ ਚੀਨੀ ਆਪਾਂ ਲਈ ਆ, 1 ਕੱਪ ਦੁੱਧ ਦਾ ਲਿਆ ਆਪਾਂ, ਕਾਜੂ ਤੇ ਆਪਾਂ ਬਦਾਮ ਲਏ ਆ, 2 ਚਮਚੇ ਆਪਾਂ ਘੇ ਦੇ ਲਏ ਬਟਰ ਤੱਤੇ ਕੀਤੇ ਦੇ। ਹੁਣ ਆਪਾਂ ਕੜਾਈ ਵਿੱਚ ਗਾਜਰਾਂ ਪਾਵਾਂਗੇ। ਪਹਿਲਾਂ ਮੰਮ ਇੰਨੀਆਂ ਗਾਜਰਾਂ ਲੈਣ ਦੀ ਜ਼ਰੂਰੀ ਆ? ਭੁੰਨਣ ਨੂੰ ਲੋੜ ਆ ਗਾਜਰਾਂ? ਹਾਂਜੀ ਪੁੱਤ, ਭੁੰਨਣ ਦੀ ਲੋੜ ਆ। ਹਾਂਜੀ ਹੁਣ ਮੈਮ ਆਪਾਂ ਕੀ ਕਰਨ ਲੱਗੇ ਆ? ਹੁਣ ਆਪਣੇ ਭੁੱਜ ਚੁੱਕੀਆਂ ਗਾਜਰਾਂ, ਹਾਂਜੀ ਸੁੱਕ ਗਿਆ, ਹੁਣ ਆਪਾਂ ਦੁੱਧ ਪਾਵਾਂਗੇ। ਠੀਕ ਆ, ਘੇ ਨੂੰ ਕੀ ਕਰਨਾ ਆਪਾਂ? ਇਹਨੂੰ ਵਿੱਚ ਮੈਲਟ ਕਰਾਂਗੇ ਚੰਗੀ ਤਰ੍ਹਾਂ, ਗਰਮ ਕਰਾਂਗੇ ਇਹਨੂੰ। ਹਾਂਜੀ ਤੇ ਘੇ ਵਿੱਚ ਕਾਹਤੇ ਪਾਈਦਾ ਆ? ਇਹ ਬਹੁਤ ਥੋੜਾ ਸੁੱਕ ਰਹਿੰਦਾ ਜੀ ਘੇ ਨਾਲ, ਤੁਸੀਂ ਭਾਵੇਂ ਡਰਾਈ ਹੋ ਜਾਣਾ ਉਦਾਂ ਹੀ। ਹਾਂਜੀ ਫਿਰ ਖੁਸ਼ਕ ਜਿਹਾ ਹੋ ਜਾਂਦਾ? ਹਾਂਜੀ ਖੁਸ਼ਕ ਹੋ ਜਾਂਦਾ। ਹਾਂਜੀ ਠੀਕ ਆ, ਥੋੜਾ ਜਿਹਾ ਘੇ ਪਾ ਲਓ, ਵਾਲਾ ਨਹੀਂ ਪਾਉਣਾ ਤਾਂ। ਠੀਕ ਆ, ਅੱਧਾ ਚਮਚਾ ਪਾ ਸਕਦੇ ਆ ਤੁਸੀਂ। ਹੁਣ ਆਪਾਂ ਕਾਜੂ ਬਦਾਮ ਪਾਵਾਂਗੇ। ਹਾਂਜੀ ਤੇ ਮੈਮ ਆਪਾਂ ਹੋਰ ਕਿਹੜੀਆਂ ਚੀਜ਼ਾਂ ਵਿੱਚ ਪਾ ਸਕਦੇ ਆ? ਆਪਾਂ ਗ੍ਰੀਨ ਪਾਸਤਾ ਪਾ ਸਕਦੇ ਆ ਵਿੱਚ। ਹਾਂਜੀ ਤੇ ਇਹ ਚੀਜ਼ਾਂ ਲੋੜ ਵੀ ਨਹੀਂ ਜਿਹੜੀਆਂ ਆਪਾਂ ਪਾਈਆਂ ਹਨਾ ਪਾਉਣ ਦੀ। ਹਾਂਜੀ ਜਿਹੜੇ ਨਹੀਂ ਖਾਂਦੇ ਨਾ ਪਾਓ। ਠੀਕ ਆ, ਹਾਂਜੀ ਹੁਣ ਆਪਾਂ ਸ਼ੂਗਰ ਪਾਵਾਂਗੇ। ਤੇ ਆਪਾਂ ਮੈਮ ਵਿੱਚ ਰੋਣੀ ਆ ਹਨਾ? ਹਾਂਜੀ ਮਿਕਸ ਕਰਾਂਗੇ ਚੰਗੀ ਤਰ੍ਹਾਂ। ਠੀਕ ਆ, ਤੇ ਇੰਨੀ ਸ਼ੂਗਰ ਪਾਉਣ ਦੀ ਲੋੜ ਆ? ਕੋਈ ਲੋੜ ਨਹੀਂ, ਅੱਧਾ ਕੱਪ ਤੁਸੀਂ ਪਾ ਸਕਦੇ ਆ, ਜਿਹੜੇ ਜ਼ਿਆਦਾ ਖਾਣ ਜ਼ਿਆਦਾ ਪਾ ਸਕਦੇ, ਥੋੜੇ ਖਾਣ ਥੋੜਾ ਪਾ ਸਕਦੇ। ਹਾਂਜੀ ਇਹ ਗਾਜਰਾਂ ਦੇ ਹਿਸਾਬ ਨਾਲ ਹੁੰਦਾ ਆ? ਗਾਜਰਾਂ ਦੇ ਹਿਸਾਬ ਨਾਲ ਹੁੰਦਾ। ਠੀਕ ਆ, ਹਾਂਜੀ ਹੁਣ ਆਪਾਂ ਚੰਗੀ ਤਰ੍ਹਾਂ ਸੁਕਾ ਦੇਵਾਂਗੇ। ਠੀਕ ਆ, ਇਹ ਆਪਾਂ ਸੁੱਕਾ ਦੁੱਧ ਪਾਵਾਂਗੇ। ਹਾਂਜੀ ਹੁਣ ਆਪਾਂ ਸੁੱਕਾ ਦੁੱਧ ਪਾਵਾਂਗੇ ਜਿਹੜਾ ਕੱਪ ਲਿਆ ਸੀ। ਹਾਂਜੀ ਮੈਮ ਆਪਾਂ ਮਿਲਕ ਪਾਊਡਰ ਦੇ ਥਾਂ ਹੋਰ ਕਿਹੜੀ ਚੀਜ਼ ਪਾ ਸਕਦੇ ਆ? ਆਪਾਂ ਖੋਆ ਵੀ ਪਾ ਸਕਦੇ ਆ। ਹਾਂਜੀ ਮਿਲਕ ਪਾਊਡਰ ਪਾਉਣਾ ਹੈ ਤੇ ਮਿਲਕ ਪਾਊਡਰ ਨਾਲ ਇਹ ਕਲੜਾ ਹੀ ਹੁੰਦਾ ਹਨਾ? ਹਾਂਜੀ ਸੋਨਾ ਵਧੀਆ ਬਣ, ਟੇਸਟ ਵੀ ਬਣ ਜਾਂਦਾ ਹੈ, ਤੋਤਾ ਕਰਦਾ ਵੀ ਹੋ ਜਾਂਦਾ। ਠੀਕ ਆ, ਵਧੀਆ ਲੱਗਦਾ। ਮੈਮ ਆਪਾਂ ਨੂੰ ਕਦੋਂ ਪਤਾ ਲੱਗੂਗਾ ਜਦ ਹੋ ਗਿਆ? ਹਾਂਜੀ ਜਦੋਂ ਕੜਛੀਆਂ ਨਾ ਆਪਣੇ ਲੱਗਿਆ ਜਾਂ ਕੜਾਈ ਨਾ ਨਾਲ ਲੱਗਾ ਫਿਰ ਆਪਾਂ ਬੰਦ ਕਰ ਦੇਣਾ। ਠੀਕ ਆ, ਹਾਂਜੀ ਠੀਕ ਆ। ਹਾਂਜੀ ਹੁਣ ਆਪਣਾ ਹੋ ਚੁੱਕਾ ਆ, ਆਪਾਂ ਬੰਦ ਕਰਤਾ ਗੈਸ, ਤੇਜ ਪਾਵਾਂਗੇ ਇਹਨੂੰ। ਠੀਕ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅੱਜ ਗਾਜਰ ਬਰਫੀ ਖਾਣ ਲੱਗਾ ਤੇ ਮੈਂ ਹੁਣ ਸਵਾਦ ਦੇਖਣ ਲੱਗਾ, ਉਦਾਂ ਤਾਂ ਬਹੁਤ ਸੋਹਣਾ ਲੱਗਦਾ ਔਰੇਂਜ। ਗਾਜਰ ਵਾਲੀ ਬਰਫੀ ਹੈ ਨਾ, ਬਹੁਤ ਸਵਾਦ ਹੈ, ਟੋਪ ਦੀ ਟੋਪ। ਜਿੱਦਾਂ ਰੈਸਟੋਰੈਂਟ ਦੇ ਵਿੱਚ ਨੀ ਪਾਉਂਦੇ ਹੁੰਦੇ ਇੱਦਾਂ ਆ। ਬਦਾਮ ਵੀ ਬਹੁਤ ਸੋਹਣਾ ਇਹਦੇ ਵਿੱਚ, ਤਾਂ ਰੰਗ ਵੀ ਰੰਗ ਬਿਰੰਗਾ ਬਹੁਤ ਸੋਹਣਾ ਹੈ। ਮੈਂ ਉਦਾਂ ਸਾਰਾ ਖਾ ਸਕਦਾ, ਪਰ ਮੈਂ ਕਿਹਾ ਮੈਂ ਮੰਮੀ ਨੇ ਤੇ ਡੈਡੀ ਲਈ ਤੇ ਚੱਲ ਅੰਦਰ। ਮੈਂ ਹੁਣ ਕਿਹਾ ਮੈਂ ਦੁੱਧ ਦਾ ਗਲਾਸ ਪੀ ਲਵਾਂ ਤੇ ਹੋਰ ਗਾਜਰ ਵਾਲੀ ਬਰਫੀ ਖਾਵਾਂ। ਹੁਣ ਅਸੀਂ ਵੀਡੀਓ ਐਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰੋ, ਤਾਂ ਮੰਮੀ ਨੂੰ ਲੱਖ ਤੱਕ ਲੈ ਕੇ ਚੱਲ ਜਾਓ, ਅਸੀਂ ਬਹੁਤ ਖੁਸ਼ ਹੋਊਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।